ਲੁਧਿਆਣਾ ਵਿੱਚ ਗੱਦਿਆਂ ਦੀ ਇੱਕ ਸਟੋਰ ਨੂੰ ਭਿਆਨਕ ਅੱਗ ਲੱਗ ਗਈ। ਇਸ ਸਟੋਰ ਤੇ ਬਣੀ ਰਹਾਇਸ਼ ਵਿੱਚ ਫਸੀ ਇੱਕ ਔਰਤ ਨੂੰ ਫਾਇਰ ਬ੍ਰਿਗੇਡ ਦੇ ਸਟਾਫ ਵੱਲੋਂ ਸਖਤ ਜੱਦੋਜਹਿਦ ਨਾਲ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ ਗਿਆ। ਲੁਧਿਆਣਾ ਦੇ ਦਮੋਰੀਆ ਪੁਲ ਕੋਲ ਗੱਦਿਆਂ ਦੇ ਇੱਕ ਸਟੋਰ ਨੂੰ ਭਿਆਨਕ ਅੱਗ ਲੱਗ ਗਈ। ਇਸ ਸਟੋਰ ਤੇ ਬਣੀ ਰਹਾਇਸ਼ ਵਿੱਚ ਫਸੀ ਇੱਕ ਔਰਤ ਨੂੰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਖਤ ਜੱਦੋਜਹਿਦ ਨਾਲ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ। ਅੱਗ ਵਿੱਚੋਂ ਮਹਿਲਾ ਨੂੰ ਬਾਹਰ ਕੱਢਣ ਦੌਰਾਨ ਫਾਇਰ ਬ੍ਰਿਗੇਡ ਦੇ 3 ਮੁਲਾਜ਼ਮ ਵੀ ਜ਼ਖਮੀ ਹੋ ਗਏ। ਫਾਇਰ ਅਫਸਰ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਕਿ ਗੈਸ ਸਿਲੰਡਰ ਫਟਣ ਕਾਰਨ ਅੱਗ ਲੱਗਣ ਦੀ ਘਟਨਾ ਵਾਪਰੀ ਹੋਵੇ, ਪਰ ਫਿਰ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 6:05 ਤੇ ਸਾਨੂੰ ਇਤਲਾਹ ਆਈ ਸੀਗੀ ਕਿ ਚਾਵਲਾ ਅਤੇ ਦਮੋਰੀਆ ਪੁਲ ਵੱਲ ਨੂੰ ਜਿਹੜੀ ਸੜਕ ਜਾਂਦੀ ਹੈ ਉੱਥੇ ਅੱਗ ਲੱਗੀ ਹੈ, ਅਤੇ ਅਸੀਂ ਗੱਡੀਆਂ ਲੈ ਕੇ ਇੱਥੇ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਬਾਕੀ ਤਾਂ ਘਰ ਦੇ ਸਾਰੇ ਨਿਕਲ ਗਏ ਨੇ, ਲੇਕਿਨ ਇੱਕ ਲੇਡੀਜ਼ ਬਾਥਰੂਮ ਦੇ ਵਿੱਚ ਟ੍ਰੈਪ ਹੋ ਗਈ ਹੈ। ਅਤੇ ਅਸੀਂ ਅੱਗ 'ਤੇ ਜਿਹੜੀ ਗਰਾਊਂਡ ਪਲੱਸ 1 ਦੇ ਵਿੱਚ ਸੀਗੀ ਉੱਥੇ ਕੰਟਰੋਲ ਕਰਕੇ ਉਹਨੂੰ ਬਾਹਰ ਕੱਢ ਕੇ ਅਤੇ ਹੋਸਪਿਟਲ ਭੇਜ ਦਿੱਤਾ। ਬਾਕੀ ਹੁਣ ਅੱਗ ਬੁਝਾਉਂਦੇ ਹਾਂ। ਕਿਹੜੀ ਚੀਜ਼ ਦਾ ਗੋਦਾਮ ਹੈ? ਇਹ ਗੱਦਿਆਂ ਦਾ ਗੋਡਾਊਨ ਹੈ, ਫੋਮ ਦੇ ਗੱਦੇ ਹੈ। ਕਿੰਨਾ ਅੱਗ ਬੁਝਾਉਣ ਲਈ ਕਾਫੀ ਟਾਈਮ ਲੱਗਦਾ, ਕਾਰਨ ਕੀ ਹੈ? ਕਾਰਨ ਇਹ ਹੈ ਕਿ ਵੀ ਅੱਗ ਬਹੁਤ ਜ਼ਿਆਦਾ ਸੀਗੀ ਅਤੇ ਸੇਕ ਵੀ ਬਹੁਤ ਜ਼ਿਆਦਾ ਆ। ਅੰਦਰ ਵੜਨ ਨੂੰ ਰਸਤਾ ਇੱਕੋ ਹੀ ਹੈ, ਇੱਕ ਛੱਤ ਦੇ ਉੱਪਰੋਂ ਦੀ ਇੱਕ ਗਲੀ ਜਾਂਦੀ, ਉਹਦੇ ਨਾਲ ਦੀ ਬਿਲਡਿੰਗ ਦੇ ਵਿੱਚ ਛੱਤ ਦੇ ਉੱਪਰੋਂ ਦੀ ਪਾਣੀ ਮਾਰਦਾ, ਬਹੁਤ ਜ਼ਿਆਦਾ ਗੱਦੇ ਆ ਅੰਦਰ। ਲੁਧਿਆਣਾ ਤੋਂ ਰਾਮਕ੍ਰਿਸ਼ਨ ਦੀ ਰਿਪੋਰਟ।